ਪ੍ਰਾਈਮ ਸ਼ਾ ਟੀਵੀ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਇਸ ਵਕਤ ਦੀਆਂ ਖਾਸ ਖਬਰਾਂ ਦੇ ਉੱਪਰ ਫਿਰ ਆਪਾਂ ਪੰਨੂ ਸਾਹਿਬ ਦਾ ਥੀਓਪੁਆਇੰਟ ਜਾਣਾਂਗੇ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਜੀ ਸਾਹਿਬ ਪਿਛਲੇ ਦਿਨੀ ਜਿਹੜੀ ਮੁਲਾਕਾਤ ਹੋਈ ਹੈ ਜੀ ਭਾਰਤ ਪਾਕਿਸਤਾਨ ਦੀ ਤੇ ਉਹਦੇ ਵਿੱਚ ਕਰਤਾਰਪੁਰ ਲੰਘੇ ਦੀ ਗੱਲਬਾਤ ਚੱਲੀ ਆ ਤੇ ਦੋਵੇਂ ਪਾਸਿਓਂ ਬਹੁਤ ਸਾਰੇ ਮਦਾਂ ਜਿਹੜੀਆਂ ਇਹਨਾਂ ਦੇ ਉੱਪਰ ਸਹਿਮਤੀ ਅਸਹਿਮਤੀ ਦੀ ਚਰਚਾ ਹੋ ਗਈ ਕੁਝ ਗੱਲਾਂ ਭਾਰਤ ਨੇ ਕਹੀਆਂ ਇਹ ਸਾਰੇ ਕੁਛ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਬਹੁਤ ਕੁਝ ਇਹੋ ਜਿਹਾ ਜਿਹੜਾ ਅਣਕਿਆਸਿਆ ਹੁੰਦਾ ਤੇ ਬਹੁਤ ਕੁਝ ਇਹੋ ਜਿਹਾ ਜਿਹਨੂੰ ਉਭਾਰ ਕੇ ਪੇਸ਼ ਕੀਤਾ ਜਾਂਦਾ ਅਸਲ 'ਚ ਉਹ ਉਭਾਰ ਕੇ ਪੇਸ਼ ਕਰਨ ਦੀ ਲੋੜ ਹੀ ਨਹੀਂ ਹੁੰਦੀ ਜੀ ਅਣਕਿਆਸਿਆ ਕਿਦਾਂ ਨਵਜੋਤ ਸਿੰਘ ਸਿੱਧੂ ਨੂੰ ਨਵੇਂ ਚੁਣੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ 'ਚ ਸਦਲਿਆ Imran Khan ਨੇ ਇਹਨੂੰ ਅਗਲੀ ਲਾਈਨਾਂ 'ਚ ਨਹੀਂ ਮੈਂ ਚੌਥੀ ਪੰਜਵੀਂ ਲਾਈਨ 'ਚ ਸੀ ਜੀ ਕਿਉਂਕਿ ਅਗਲੇ ਪਾਸੇ ਪ੍ਰੋਟੋਕੋਲ ਦੇ ਹਿਸਾਬ ਨਾਲ ਉਹਨਾਂ ਨੂੰ ਆਪਣੇ ਬਿਠਾਉਣੇ ਪਏ ਸੀ ਜੀ ਉਹਨਾਂ ਦੇ ਫੌਜਦਾ ਮੁਖੀ ਅਚਾਨਕ ਆਇਆ ਸਿੱਧਾ ਇਹਨੂੰ ਆ ਕੇ ਮਿਲਿਆ ਤੇ ਜੱਫੀਪਾਕ ਕਹਿੰਦਾ ਸਿੱਧੂ ਸਾਹਿਬ ਬਧਾਈਓ ਭਈ ਅਸੀਂ ਤੁਹਾਨੂੰ ਕਰਤਾਰਪੁਰ ਦਾ ਲਾਂਘਾ ਦੇ ਦੇਣਾ ਜੀ ਤੇਨੇ ਅਖਾਜੀ ਸ਼ੁਕਰੀਆ ਇਹਨੂੰ ਸੁਪਨਾ ਆਉਣਾ ਸੀ ਕਿ ਫੌਜਦਾ ਮੁਖੀ ਆਊਗਾ ਤੇ ਮੈਨੂੰ ਜੱਫੀ ਪਾਊਗਾ ਜੀ ਤੇ ਨਾਲ ਮੈਨੂੰ ਏਡਾ ਵੱਡਾ ਤੋਹਫਾ ਵੀ ਦੇ ਦੂਗਾ ਕਿ ਕਰਤਾਰਪੁਰ ਦਾ ਲਾਂਭਾ ਲਾਂਘਾ ਜਿਹੜਾ ਉਹ ਖੋਲ ਦੇਣਾ ਜੀ ਇਹ ਤਾਂ ਸਰਕਾਰਾਂ ਦਾ ਕੰਮ ਹੁੰਦਾ ਇਹ ਵੀ ਅਚਾਨਕ ਸਾਰੇ ਕੋਈ ਤੋਂ ਨਾ ਜੇ ਬੰਦਾ ਡੋਰ ਪਰ ਹੋ ਜਾਵੇ ਨਾ ਜੀ ਵਾਪਸ ਆਇਆ ਤੇ ਉਹਨੇ ਜਿੱਤ ਤੱਕ ਧੋਗਲਾ ਰੋਲਾ ਪਾਇਆ ਕੁਝ ਇਸ ਗੱਲ ਦੇ ਰੋਲਾ ਪਾਉਣ ਸਿੱਧੂ ਨੇ ਫੌਜ ਦੇ ਮੁਖੀ ਨੂੰ ਪਾਕਿਸਤਾਨ ਵਾਲਿਆਂ ਨੂੰ ਜੱਫੀ ਪਾਈ ਇਹਨੇ ਨਹੀਂ ਪਾਈ ਪਾਈ ਉਹਨੇ ਆ ਉਹ ਚੱਲ ਕੇ ਕੋਲ ਆ ਇਹ ਕੋਲ ਨਹੀਂ ਗਿਆ ਜੀ ਦੂਜੀ ਇਹਦੇ ਨਾਲ ਦੇ ਸੀ ਉਹ ਕਰੀਜਨ ਵੇਖਿਆ ਸਿੱਧੂ ਗਿਆ ਤੇ ਲੰਗਾ ਖਲਾ ਆਇਆ ਇਹ ਲੰਗਾ ਖੁੱਲਣਾ ਸਰਕਾਰਾਂ ਦਾ ਕੰਮ ਹੁੰਦਾ ਫੌਜ ਦਾ ਕੰਮ ਹੀ ਨਹੀਂ ਪਰ ਫੌਜ ਦੇ ਮੁਖੀ ਨੇ ਆਖਿਆ ਚਲੋ ਜਿੱਦਾਂ ਵੀ ਸੀ ਬਾਅਦ ਵਿੱਚ ਲੰਗਾ ਖੁੱਲ ਗਿਆ ਜਦੋਂ ਲੰਗਾ ਖੁੱਲਣ ਲੱਗੇ ਦੀ ਗੱਲ ਚੱਲੀ ਗੇਟ ਬਣਾਉਣੇ ਸੀ ਉਦੋਂ ਫਿਰ ਬਥਰਾ ਤਮਾਸ਼ਾ ਹੋਇਆ ਜੀ ਦਿੱਲੀ 'ਚ ਬੈਠਿਆ ਨੇ ਬਾਦਲ ਪਿਓ ਪੁੱਤ ਦੇ ਨਾਲ ਗੇਟ ਦੇ ਨਹੀਂ ਪੱਥਰ ਤੇ ਰਖਾ ਦਿੱਤੇ ਤੇ ਪੰਜਾਬ ਦੇ ਕਾਂਗਰਸੀਆਂ ਚੋਂ ਇੱਕ ਮੰਤਰੀ ਨੇ ਜਾ ਕੇ ਕਾਲੀਆਂ ਟੇਪਾਂ ਲਾਤੀਆਂ ਤੇ ਨਾਲ ਉਹਨੇ ਆਖਿਆ ਜੀ ਮੈਂ ਇਸ ਇਲਾਕੇ ਦਾ ਐਮ ਐਲ ਏ ਮੇਰੇ ਨਾਲ ਤੇ ਵੀ ਲਾ ਦਿਓ ਮੈਨੂੰ ਨਹੀਂ ਚਾਹੀਦਾ ਤੇ ਮੇਰੇ ਮੁੱਖ ਮੰਤਰੀ ਦੇ ਵੀ ਲਾ ਦਿਓ ਜੋ ਤੁਸੀਂ ਦਿੱਲੀ ਵਾਲੇ ਸ਼ਰਾਰਤਾਂ ਕਰਦੇ ਆ ਇਹ ਸਾਰਾ ਕੋਈ ਸਾਡੇ ਘਰ 'ਚ ਹੋਇਆ ਉਧਰ ਤਾਂ ਨਹੀਂ ਹੋਇਆ ਜੀ ਉਹਦੇ ਬਾਅਦ ਉਧਰ ਗਏ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਤਕਰੀਰ ਕੀਤੀ ਗੇਟ ਦਾ ਨਹੀਂ ਪੱਥਰ ਰੱਖ ਦਿੱਤਾ ਫੋਟੋ ਆ ਗਈਆਂ ਉਦੀ ਭੁਲਾਣਾ ਬੰਦਾ ਸਿੱਧੂ ਦੇ ਨਾਲ ਖਲੋਤਾ ਦੇ ਲਾਗੇ ਬੈਠਾ ਸੀ ਇੱਕਦਮ ਮੈਨੂੰ ਤੇ ਪਤਾ ਵੀ ਨਹੀਂ ਕੌਣ ਸੀ ਉਹਨਾਂ ਨੇ ਪਤਾ ਲਿਆ ਕਿ ਮੇਰੇ ਲਾਗੇ ਬਿਠਾਇਆ ਉਹਨਾਂ ਦੀ ਮਰਜ਼ੀ ਹੈ ਕਿ ਇਹਨੂੰ ਕਿੱਥੇ ਬਿਠਾਉਣਾ ਬੈਠ ਗਿਆ ਮੈਂ ਕੀ ਕਰਾਂ ਜੀ ਪਰ ਜੇ ਮੇਰੇ ਨਾਲ ਬੈਠਾ ਸੀ ਤੇ ਬਾਅਦ ਚ ਨੀ ਪੱਥਰ ਰੱਖਣ ਲੱਗਿਆ ਉਹ ਤੁਹਾਡੇ ਨਾਲ ਖੜਾ ਸੀ ਫਿਰ ਤੁਸੀਂ ਵੀ ਜਵਾਬ ਦੇ ਦਿਓ ਤੁਹਾਡਾ ਕੀ ਲੱਗਦਾ ਜੀ ਇਹ ਇਹ ਸਾਡੇ ਘਰ ਦੀ ਲੜਾਈ ਉਹਨਾਂ ਦੀ ਨਹੀਂ ਜਿਹੜੀ ਲੜਾਈ ਲੜਨ ਦੀ ਲੋੜ ਸੀ ਉਹਦੇ ਉੱਤੇ ਨਹੀਂ ਲੜੇ ਚਾਹੀਦਾ ਇਹ ਸੀ ਕਿ ਉੱਥੋਂ ਦੀ ਸਰਕਾਰ ਨਾਲ ਕੁਝ ਗੱਲਾਂ ਤੇ ਖੁੱਲ੍ਹ ਕੇ ਗੱਲ ਕਰਦੇ ਜੀ ਇਹ ਕਹਿੰਦੇ ਕਿ ਜਿਹੜਾ ਬੰਦਾ ਉੱਥੇ ਡੇਰਾ ਬਾਬਾ ਨਾਨਕ ਦੇ ਚ ਬੈਠਾ ਉਹ ਜੇ ਪਾਸਪੋਰਟ ਲੈਣ ਜਾਵੇ ਗੱਤੋਂ ਦਾ ਪਾਸਪੋਰਟ ਜਾਂ ਗੁਰਦਾਸਪੁਰ ਜਾ ਕੇ ਬਣਨਾ ਤੇ ਜਾਮਰਸਰ ਬਣਨਾ ਜੀ ਡੇਰਾ ਬਾਬਾ ਨਾਨਕ ਵਾਲਿਆਂ ਦਾ ਉੱਥੇ ਬਣੇਗਾ ਤੇ ਜਿਹੜੇ ਪਰਲੇ ਪਾਸੇ ਰਮਦਾਸ ਦੀ ਜੇ ਨਾਲੇ ਵਾਲੇ ਉੱਥੋਂ ਨਾਲ ਹੀ ਲੱਗਦੇ ਆ ਉਹਨਾਂ ਦਾ ਅੰਮ੍ਰਿਤਸਰ ਬਣੇਗਾ ਇਹਦਾ ਗੁਰਦਾਸਪੁਰ ਬਣੇਗਾ ਪਹਿਲਾਂ ਉੱਥੇ ਕੱਜ ਲੈਣਗੇ ਫਿਰ ਦਿੱਲੀ ਵੀਜ਼ਾ ਲੈਣ ਜਾਣ ਕਿ ਉਹਨਾਂ ਨੂੰ ਚੰਗਾ ਕਿਉਂ ਨਹੀਂ ਕਿ ਸਿੱਧਾ ਲੰਘਾ ਦਿਓ ਜੀ ਉਦੇ ਉੱਤੇ ਜ਼ੋਰ ਨਹੀਂ ਦਿੱਤਾ ਜਾ ਸਕਿਆ ਜਿਹੜੀ ਹੁਣ ਮੀਟਿੰਗ ਇਸ ਹਫਤੇ ਹੋਈ ਆ ਉੱਚ ਭਾਰਤ ਸਰਕਾਰ ਦੇ ਅਫਸਰ ਵੀ ਬੈਠੇ ਉਹਨਾਂ ਦੇ ਬੈਠੇ ਬਹੁਤੀ ਉਭਾਰ ਕੇ ਗੱਲ ਇਹ ਪੇਸ਼ ਕੀਤੀ ਗਈ ਉਧਰ ਏਡਾ ਵੱਡਾ ਕਸਟਮ ਸੈਂਟਰ ਬਣੂਗਾ ਸਾਡੇ ਏਡਾ ਬਣੂਗਾ ਉਧਰ ਇਮੀਗ੍ਰੇਸ਼ਨ ਕਾਊਂਟਰ ਹੋਊਗਾ ਸਾਡੇ ਇਮੀਗ੍ਰੇਸ਼ਨ ਕਾਊਂਟਰ ਹੋਊਗਾ ਸਾਡੇ ਵਾਲੇ ਸੀਸੀਟੀਵੀ ਕੈਮਰੇ ਵੀ ਲਾ ਦੇਣਗੇ ਅੱਜ ਕੱਲ ਸੀਸੀਟੀਵੀ ਕੈਮਰੇ ਕਿੱਡੀ ਕੀ ਗੱਲ ਹੈ ਜਿਹੜੀ ਉਭਾਰ ਕੇ ਹੀ ਪੇਸ਼ ਕਰਦੇ ਆ ਜੀ ਇਹ ਤੇ ਪਿੰਡਾਂ ਜਿਹੜੇ ਪਰਸਾਰੀ ਦੀ ਦੁਕਾਨ ਹੈ ਨਾ ਗੁੜ ਵੇਚਣ ਵਾਲੇ ਚਾਹ ਪੱਤੀ ਵੇਚਣ ਵਾਲੇ ਉਹਨਾਂ ਨੇ ਵੀ ਹੁਣ ਦੁਕਾਨਾਂ ਉੱਤੇ ਲਾ ਲ ਯਕਨ ਹੈ ਸੀਸੀਟੀਵੀ ਕੈਮਰਾ ਇਕ ਡਿੱਕ-ਵਿੱਡੀ ਗੱਲ ਇਹਦੀ ਥਾਂ ਤੇ ਜਿਹੜੀ ਗੱਲ ਤੇ ਜ਼ੋਰ ਦੇਣਾ ਚਾਹੀਦਾ ਸੀ ਉਹ ਘੱਟ ਜ਼ੋਰ ਦਿੱਤਾ ਗਿਆ ਜੀ ਕੈਪਟਨ ਅਵਿੰਦਰ ਸਿੰਘ ਨੇ ਇੱਕ ਹਫ਼ਤੇ ਚ ਚਾਰ ਵਾਰ ਇਹ ਬਿਆਨ ਦਿੱਤਾ ਕਿ ਸਾਡੇ ਲੋਕਾਂ ਨੂੰ ਕਰਤਾਰਪੁਰ ਸਾਹਿਬ ਤੱਕ ਲੰਘਾ ਚਾਹੀਦਾ ਬਿਨਾਂ ਪਾਸਪੋਰਟਾਂ ਤੋਂ ਤਾਂ ਕਿ ਜਾ ਸਕਣ ਆ ਸਕਣ ਜੀ ਉਹਦਾ ਪਾਕਿਸਤਾਨ ਹੁਗਾਰਾ ਨਹੀਂ ਪਰਦਾ ਪਾਕਿਸਤਾਨ ਦੇ ਅਫਸਰ ਆਏ ਬੜੀ ਸੁਣੀ ਮੀਟਿੰਗ ਹੋਈ ਖੁਸ਼ਗਵਾਰ ਮਾਹੌਲ ਸੁਖਾਵਾ ਬਿਕੋਸ ਖੁਸ਼ਗਵਾਰ ਤੇ ਸਖਾਵਾਂ ਮਹੌਲ ਤਾਂ ਉਦੋਂ ਵੀ ਸੀ ਜਦੋਂ ਬਾਜਪਾਈ ਸਾਹਿਬ ਤੇ ਜਨਰਲ ਮੁਸ਼ਰਫ ਮਿਲੇ ਸੀ ਜੀ ਦੋ ਦਿਨ ਸਾਡੇ ਮੀਡੀਆ ਚੈਨਲਾਂ ਤੇ ਉਹ ਦੱਸਦੇ ਰਹੇ ਸੀ ਕਿ ਮੁਸ਼ਰਫ ਦੀ ਪਸੰਦ ਦਾ ਗੋਸ਼ਤ ਬਣਾਉਣ ਵਾਸਤੇ ਫਲਾਣੇ ਥਾਤ ਰਸਈਏ ਲੈੰਦਾ ਮਹੌਲ ਹੋਰ ਕਿਦਾਂ ਦਾ ਖੁਸ਼ਗਵਾਰ ਚਾਹੀਏ ਸੀ ਉਹਦੇ ਵਾਸਤੇ ਕਿੰਨੇ ਕਿਸਮ ਦੀ ਬਰੀਆਨੀ ਬਣਾਈ ਉਹ ਵੀ ਖੁਸ਼ਗਵਾਰ ਸੀ ਜੀ ਨਿਕਲਿਆ ਕੀ ਸੀ ਇਸ ਮੀਟਿੰਗ ਦੇ ਵਿੱਚੋਂ ਵੀ ਜਿਹੜੀਆਂ ਗੱਲਾਂ ਪਹਿਲਾਂ ਤੱਕ ਲੰਘਾ ਖੁੱਲਣਾ ਉਹ ਵੀ ਕਹਿੰਦੇ ਅਸੀਂ ਵੀ ਕਿੰਨੇ ਇਮੀਗ੍ਰੇਸ਼ਨ ਕਾਊਂਟਰ ਬਣਾਉਣੇ ਉਹਨਾਂ ਨੇ ਬਣਾਉਣੇ ਅਸੀਂ ਬਣਾਉਣੇ ਜੀ ਜਿਹੜੀਆਂ ਗੱਲਾਂ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਸੀ ਉਹ ਗੱਲਾਂ ਸਾਹਮਣੇ ਨਹੀਂ ਆਈਆਂ ਤੇ ਫालतू ਚੀਜ਼ਾਂ ਉਭਾਰ-ਉਭਾਰ ਕੇ ਪੇਸ਼ ਕੀਤੀਆਂ ਗਈਆਂ ਹੁਣ ਅਗਲੀ ਮੀਟਿੰਗ ਤੇ ਕੀ ਹੋਊਗਾ ਇਹ ਕਹਿਣਗੇ ਜੀ ਜਿਸ ਤਰ੍ਹਾਂ ਦੀ ਵਾਗ ਵਿੱਚ ਪਰੇਡ ਹੁੰਦੀ ਉੱਥੇ ਵੀ ਐ ਕਰਵਾਇਆ ਕਰਾਂਗੇ ਲੈ ਮਾਰੀ ਜਾਓ ਮਾਰੀ ਜਾਓ ਅਬ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਇੱਕ ਕਲਿੱਪ ਘੁੰਮਦੇ ਪਈਆ ਇੱਕ ਸਕੈਚ ਕਿਸੇ ਨੇ ਬਣਾ ਕੇ ਭੇਜਿਆ ਵਾ ਫੋਟੋ ਨਾਲ ਲਈ ਆ ਵਾਗੇ ਬਾਦਰ ਦੀ ਜੀ ਸਾਡਾ ਜਵਾਨ ਤੇ ਉਹਨਾਂ ਜਵਾਨ ਜਦੋਂ ਅੱਡੀਆਂ ਮਾਰਦੇ ਆ ਤੇ ਕਿੱਥੋਂ ਤੱਕ ਚੁੱਕਦੇ ਆ ਜੀ ਉਹ ਕਹਿੰਦਾ ਏਸ਼ੀਆ ਦੀਆਂ ਦੋ ਪ੍ਰਮੁੱਖ ਕੌਮਾਂ ਇਸ ਗੱਲ ਦੇ ਉੱਤੇ ਹੀ ਅਜੇ ਤੱਕ ਕਰੋੜਾਂ ਰੁਪਇਆ ਫੂਕੀ ਜਾਂਦੀਆਂ ਕਿ ਸਾਡਾ ਜਵਾਨ ਉੱਚੀ ਲੱਤ ਜੁਕਦਾ ਕਿ ਉਹਨਾਂ ਦਾ ਜਵਾਨ ਚੁੱਕਦਾ ਅਭੀ ਕੋਈ ਗੱਲਾਂ 'ਚ ਗੱਲ ਐਡੀਆਂ ਗੱਲਾਂ ਤੇ ਹੀ ਲਈਏ ਕੰਮ ਦੀਆਂ ਗੱਲਾਂ ਘੱਟ ਕਰ ਰਹੇ ਨੇ ਜੀ ਦੋਲੀ ਗੱਲਬਾਤ ਤੇ ਆਹ ਭਾਰ ਕੇ ਪੇਸ਼ ਕਰਨਾ ਜੀ ਅਸੀਂ ਉੱਥੇ ਗੇਟ ਬਣਾਤਾ ਓਵਨ ਨਾ ਬਣਾਤਾ ਅਸੀਂ ਉੱਥੇ ਸੀਸੀਟੀਵੀ ਕੈਮਰੇ ਲਾਉਣੇ ਸੀਸੀਟੀਵੀ ਕੈਮਰੇ ਹੁਣ ਕੋਈ ਖਾਸ ਚੀਜ਼ ਨਹੀਂ ਜਿਹੜੀਆਂ ਗੱਲ ਐ ਦੱਸ ਰਹੇ ਉਹਨਾਂ 'ਚ ਕੋਈ ਵੀ ਕੰਮ ਦੀ ਨਹੀਂ ਤੇ ਕੰਮ ਦੀਆਂ ਗੱਲਾਂ ਉੱਥੇ ਨਹੀਂ ਆਈਆਂ ਜੀ ਅਗਲੀ ਗੱਲ ਪਨੋਸਾ ਮੈਂ ਪੁੱਛਣੀ ਚਾਹਨਾ ਕਿ ਟਕਸਾਲੀ ਕਾਲੀ ਦਲ ਲੱਗਦਾ ਕਿ ਪਹਿਲਾਂ ਤਾਂ ਐ ਸੀ ਵੀ ਜਿਵੇਂ ਖੜ ਗਏ ਨੇ ਬਾਬੇ ਪਰ ਹੁਣ ਤੇ ਉਹਨਾਂ ਦੇ ਨਾਲ ਹੌਲੀ ਹੌਲੀ ਟੀਮ ਮੈਂਬਰ ਜੁੜਨ ਲੱਗ ਗਏ ਹੁਣ ਤਾਂ ਯੂਥ ਦਲ ਜਿਹੜਾ ਉਹਦੀ ਸ਼ੁਰੂਆਤ ਵੀ ਕਰ ਦਿੱਤੀ ਐ ਤੇ ਬੰਦਾ ਸ਼੍ਰੋਮਣੀ ਕੱਢ ਦਲ ਚੋਂ ਆਇਆ ਜਿਹਨੇ 24 25 ਸਾਲ ਉਧਰ ਲਾਏ ਨੇ ਬੱਬੀ ਬਾਦਲ ਹੋਰਾਂ ਦੀ ਗੱਲ ਕਰ ਰਹਾ ਪਿਛਲੇ ਦਿਨੀ ਸਰੋਪਾ ਪਵਾ ਲਿਆ ਉਹਨਾਂ ਨੇ ਤੇ ਕਿਵੇਂ ਦੇਖਦੇ ਹੋ ਸਾਰੇ ਕੁਝ ਨੂੰ ਗੱਲ ਇਹ ਐ ਕਿ ਜਿਸ ਦਿਨ ਤੋਂ ਬ੍ਰਹਮਪੁਰਾ ਪਾਸ ਪਹਿਲਾ ਬਿਆਨ ਨੋਟ ਕਰੀਏ ਤੇ ਹੁਣ ਵਾਲੇ ਕਰੀਏ ਸਖਬੀਰ ਸਿੰਘ ਬਾਦਲ ਨੇ ਕੀ ਪਿਆ ਜੀ ਪਹਿਲੇ ਦਿਨ ਉਹਨੇ ਕਿਹਾ ਸੀ ਮਾੜੇ ਮੋਟੇ ਰੋਸੇ ਨੇ ਰਾਂਝਣੇ ਸਮਝਾਵਾਂਗੇ ਗੱਲ ਮੁੱਕ ਜੇਗੀ ਬ੍ਰਹンプੁਰਾ ਸਾਹਿਬ ساری ਉਮਰ ਦੇ ਟਕਸਾਲੀ ਅਕਾਲੀ ਨੇ ਕਾਲੀ ਦਲ ਤੋਂ ਪਾਸੇ ਨਹੀਂ ਜਾ ਸਕਦੇ ਮੇਰੇ ਤਾਂ ਪਿਤਾ ਅਸਮਾਨ ਨੇ ਐਸੇ ਪਿਤਾ ਅਸਮਾਨ ਵੀ ਅੱਜਕੱਲ ਜ਼ਿਆਦਾ ਹੀ ਉਹ ਕਰਨ ਲੱਗ ਪਿਆ ਉਹ ਤਿੰਨ ਸਾਹਿਬ ਨੂੰ ਵੀ ਮੱਕੜ ਸਾਹਿਬ ਨੂੰ ਵੀ ਅਪਤਾਰ ਸੋ ਮੱਕੜ ਨੂੰ ਸਰਨ ਦੇ ਤੱਕ ਜੀ ਜੀ ਮੇਰੇ ਪਿਤਾ ਅਸਮਾਨ ਨੇ ਮੈਂ ਜਾਵਾਂਗਾ ਗੱਲ ਕਰਾਂਗਾ ਬ੍ਰਹਮਪੁਰ ਨੇ ਬਿਆਨ ਦਿੱਤਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਵਿਗਾੜ ਸਾਰਾ ਉਹਦਾ ਕਰਕੇ ਪਿਆ ਵੱਡੇ ਬਾਦਲ ਸਾਹਿਬ ਹੋਣਗੇ ਗੱਲ ਕਰਾਂਗੇ ਜੀ ਇਹਨਾਂ ਨੇ ਵੱਡੇ ਨੂੰ ਜਾਣ ਨਹੀਂ ਦਿੱਤਾ ਜਾਂ ਵੱਡਾ ਗਿਆ ਨਹੀਂ ਬ੍ਰਹਮਪੁਰੇ ਹੋ ਵੀ ਫਾਸਲਾ ਪਾਉਂਦੇ ਗਏ ਉਹੀ ਸੁਖਬੀਰ ਸਿੰਘ ਬਾਦਲ ਜਿਹੜਾ ਕਹਿੰਦਾ ਸੀ ਸਾਰੀ ਉਮਰ ਦੇ ਟਕਸਾਲੀ ਅਕਾਲੀ ਨੇ ਮੇਰੇ ਪਿਤਾ ਸਮਾਨ ਨੇ ਮੁੜ ਕੇ ਹੌਲੀ ਹੌਲੀ ਇੱਥੇ ਆ ਗਿਆ ਕਿ ਉਸ ਟਕਸਾਲੀ ਅਕਾਲੀ ਨੂੰ ਆਕਾ ਕਾਦਾ ਟਕਸਾਲੀ ਸੀ ਇਹਨੂੰ ਸਾਡੀ ਪਾਰਟੀ ਨੇ ਬਣਾਇਆ ਸੀ ਪਾਰਟੀ ਦੇ ਪਾਸੇ ਹੋ ਕੇ ਜਾਵੇਗਾ ਕਿੱਥੇ ਜੀ ਤਾਂ ਕਹਿੰਦੇ ਨੇ ਉਹਦਾ ਭਾਂਜਾ ਸ਼ਰਮਣੀ ਕਮੇਟੀ ਮੈਂਬਰ ਉਹਨੂੰ ਨਾਲ ਜੋੜ ਲਿਆ ਮਾਮੇ ਭਾਂਜੇ ਦੇ ਅੱਜਕੱਲ ਮਾਮਾ ਭਾਂਜਾ ਕੌਣ ਪੁੱਛਦਾ ਜਦੋਂ ਸਤਜੋਗ ਕਹਿੰਦੇ ਹੁੰਦਾ ਸੀ ਉਦੋਂ ਵੀ ਮਾਮਾ ਭਾਂਜਾ ਆਪੋਚ ਕਿੰਨੇ ਕੁ ਬਣਦੇ ਹੁੰਦੇ ਸੀ ਪਤਾ ਹੀ ਆ ਜੀ ਉਹ ਕੁਲਦੀਪ ਮਾਨਕ ਵੀ ਗਾਉਂਦਾ ਮਾਮੇ ਤੋਂ ਮਰਿਆ ਭਾਂਜਾ ਪਤਾ ਨਹੀਂ ਕੌਣ-ਕੌਣ ਉਸ ਵਕਤ ਵੀ ਇਦਾਂ ਦੇ ਗਾਣੇ ਐਵੇਂ ਨਹੀਂ ਬਣ ਗਏ ਜੀ ਉਹ ਮਾਮਾ ਭਾਂਜਾ ਔਡੋ-ਔਡ ਕਰਵਾਉਂਦੇ ਇਹਨਾਂ ਨੇ ਆ ਇਸ ਹਫਤੇ ਇਹਨਾਂ ਨੇ ਨਵੀਂ ਗੱਲ ਕੀਤੀ ਕਿ ਉਹਦਾ ਇੱਕ ਭਤੀਜਾ ਜਿਹੜਾ ਉਹਨੂੰ ਤੋੜ ਕੇ ਆਪਣੇ ਨਾਲ ਜੋੜ ਲਿਆ ਹੁਣ ਭਾਂਜਾ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਸੀ ਇੱਕ ਵਾਰੀ ਸ਼੍ਰੋਮਣੀ ਕਮੇਟੀ ਦੇ ਐਕਟਿੰਗ ਪ੍ਰਧਾਨ ਵੀ ਰਹਿ ਚੁੱਕਾ ਸੀ ਜੀ ਤੇ ਜਿਹੜਾ ਭਤੀਜਾ ਉਹਨੂੰ ਪਤਾ ਨਹੀਂ ਆਪਣੇ ਪਿੰਡ ਤੋਂ ਬਾਅਦ ਨਾਲ ਦੇ ਪਿੰਡ ਵਾਲੇ ਵੀ ਜਾਣਦੇ ਕਿ ਨਹੀਂ ਜਾਣਦੇ ਕਹੋ ਲੇ ਕਿ ਇਹਨਾਂ ਨੇ ਆਖਿਆ ਸੀ ਬ੍ਰਹਮਪੁਰੇ ਦੇ ਟੱਬਰ ਚ ਉਹਦੇ ਖਾਨਦਾਨ ਚ ਢਾਹ ਲਾਤੀ ਸਨ ਲਾਤੀ ਬੜਾ ਉਬਾਰਿਆ ਉਹਨੇ ਬ੍ਰਹਮਪੁਰਾ ਕਚੀਆਂ ਗੋਲੀਆਂ ਨੇ ਖੜਿਆ ਉਹਨੇ ਨੇਲੇ ਉਤੇ ਠਾ ਕਰਦਾ ਦਿਲਾ ਮਾਰਿਆ ਇੱਕ ਘੰਟੇ ਬਾਅਦ ਬਾਦਲ ਪਰਿਵਾਰ ਦੇ ਵਿੱਚੋਂ ਜਾਣਿਆਂ ਪਛਾਣਿਆਂ ਨਾਂ ਬੱbbi ਬਾਦਲ ਕੱਢਿਆ ਲਿਆ ਕੇ ਪ੍ਰੈਸ ਦੇ ਸਾਹਮਣੇ ਪੇਸ਼ ਕਰਕੇ ਕਹਿੰਦਾ ਆਹ ਲਓ ਜੀ ਬੱbbi ਬਾਦਲ ਮੇਰੇ ਨਾਲ ਆ ਗਿਆ ਜੀ ਉਹਨੂੰ ਬੁੱਕਲ ਚ ਲੈ ਕੇ ਉਹਦਾ ਸਿਰ ਪਰੋਸਿਆ ਫਿਰ ਆਖਿਆ ਪੁੱਤਰਾ ਹੁਣ ਤੂੰ ਦੱਸ ਕਿਉਂ ਆਇਆ ਉਹ ਕਹਿੰਦਾ ਜੀ ਮੈਂ ਇਸ ਕਰਕੇ ਆਇਆ ਕਿ ਲੋਕੀ ਕਹਿੰਦੇ ਆ ਕਿ ਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਦਾ ਪਰਿਵਾਰਵਾਦ ਆ ਜੀ ਮੈਂ ਇਸ ਗੱਲ ਦਾ ਖੰਡਨ ਕਰਨ ਵਾਸਤੇ ਆ ਕਿ ਬਾਦਲ ਪਰਿਵਾਰ ਦਾ ਕਾਲੀ ਦਲ 'ਚ ਕੋਈ ਪਰਿਵਾਰਵਾਦ ਹੈ ਹੀ ਨਹੀਂ ਜੀ ਲੋਕਾਂ ਸਮਝਿਆ ਵੀ ਆਇਆ ਬ੍ਰਹンプੁਰਾ ਸਾਹਿਬ ਦੇ ਨਾਲ ਆ ਤੇ ਸਪਾਈਆਂ ਬਾਦਲਾਂ ਦੇਣ ਲਾ ਪਿਆ ਉਹਨਾਂ ਜੀ ਫਿਰ ਕਹਿੰਦਾ ਉੱਥੇ ਮਜੀਠੀਆਵਾਦ ਆ ਅੱਜ ਕੱਲ ਤਾਂ ਕਾਲੀ ਦਲ ਨੂੰ ਮਜੀਠੀਏ ਚਲਾ ਰਹੇ ਆ ਕਿ ਬਾਦਲ ਪਿਓ ਬਤਨ ਤੇ ਪੁੱਛਦਾ ਕੋਈ ਨਹੀਂ ਜੀ ਪਹਿਲੀ ਗੱਲ ਇਹ ਸੀ ਕਿ ਉਹਨਾਂ ਦੀ ਸਪਾਈ ਦੇਤੀ ਕਿ ਬਾਦਰਾ ਦਾ ਕੋਈ ਪਰਿਵਾਰ ਵੱਦ ਨਹੀਂ ਦੂਜੀ ਚ ਉਹਨੇ ਪੱਟੀ ਮੇਸ ਕਰਤੀ ਹੁਣ ਇੱਕ ਪੰਜਾਬੀ ਦਾ ਮੁਹਾਵਰਾ ਦਾਦੀ ਮੋਈ ਤੇ ਪੋਤੀ ਹੋਈ ਟੰਬਰੋਡੇ ਦਾ ਓਡਾ ਜੀ ਪਰ ਇੱਥੇ ਤੇ ਉਹ ਵੀ ਫਿੱਟ ਨਹੀਂ ਬੈਠਦਾ ਕਿਉਂਕਿ ਇਹਨਾਂ ਨੇ ਜਿਹੜਾ ਭਤੀਜਾ ਪਟਿਆ ਉਹ ਭਤੀਜੇ ਨੂੰ ਬਹੁਤਾ ਲੋਕੀ ਜਾਣਦੇ ਨਹੀਂ ਜੀ ਤੇ ਜਿਹੜਾ ਬਰੰਪੁਰਿਆ ਰਹਿੰਦਾ ਬੱਬੀ ਬਾਦਲ ਉਹ ਕਿਸੇ ਸਮੇਂ ਰਾਜਧਾਨੀ ਚ ਚੰਡੀਗੜ੍ਹ ਤੇ ਬੈਠਾ ਬਾਦਲਾਂ ਦੇ ਕਈ ਕੰਮਾਂ ਦਾ ਕਾਰਮਖ्तार ਸੀ ਲੋਕੀ ਕੱਲਾ ਬਾਦਲ ਪਿੰਡ ਦਾ ਕਰਕੇ ਨਹੀਂ ਜ ਜਿੰਨੇ ਕਿਸੇ ਦੀ ਸਰਗਰਮੀ ਕਰਦਾ ਸੀ ਉਹਦਾ ਕਰਕੇ ਵੀ ਉਹਨੂੰ ਬਹੁਤ ਉੱਚੀ ਥਾਂ ਦਿੰਦੇ ਹੁੰਦੇ ਸੀ ਬੜੀ ਉਹਦੀ ਚੜਤ ਸੀ ਜੀ ਤੇ ਜਦੋਂ ਉਹ ਵੀ ਛੱਡ ਕੇ ਇਧਰ ਆਉਂਦਾ ਤੇ ਇਹ ਪਰ ਸਮਝਣਾ ਚਾਹੀਦਾ ਕਿ ਬ੍ਰਹਮਪੁਰਾ ਇਸ ਮਾਮਲੇ ਦੇ ਵਿੱਚ ਉਹ ਤੁਡਾਲ-ਡਾਲ ਮੇ ਪਾਤ-ਪਾਤ ਇਹਨਾਂ ਤੋਂ ਅੱਗੇ ਨਿਕਲ ਕੇ ਠੀਬੀ ਉਹ ਇਹਨਾਂ ਨੂੰ ਵੱਡੀ ਲਾ ਗਿਆ ਜੀ ਪਰ ਸੋਗਲੀ ਗੱਲ ਮੈਂ ਪੁੱਛਣੀ ਚਾਹਉਣਾ ਹੈ ਕਿ ਐਸ ਵਕਤ ਜੇ ਸਾਹ ਨਾਲ ਮਸੂਦ ਅਜ਼ਰ ਵਾਲੀ ਗੇਸ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਬੜਾ ਸਖਤ ਆ ਖਾਸ ਕਰਕੇ ਆਤਵਾਦ ਨੂੰ ਲੈ ਕੇ ਤੇ ਆ ਪਿਛਲੇ ਹਫਤੇ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਘਟਨਾ ਵਾਪਰ ਗਈ ਹੈ ਉਹਦਾ ਵੀ ਇਹਦੇ ਵਿੱਚ ਲੱਗਦਾ ਕਿ ਕਾਫੀ ਵੱਡਾ ਰੋਲ ਆ ਤੁਸੀਂ ਇਹ ਸਾਰੇ ਕੁਝ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਮਸੂਦ ਅਜ਼ਰ ਨੂੰ ਚਾਈਨਾ ਨੇ ਬਚਾਉਣਾ ਅਮਰੀਕਾ ਦਾ ਸਖਤ ਹੋਣਾ ਤੇ ਉਹਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਆ ਕੁਝ ਵਾਪਰ ਜਾਣਾ ਕਿੱਧਰ ਨੂੰ ਜਾਰੀ ਕਹਾਣੀ ਹੈ ਇਹ ਜਿੰਨੇ ਕੁ ਪੱਛਮੀ ਦੇਸ਼ ਨੇ ਇੰਗਲੈਂਡ ਜਰਮਨੀ ਫਰਾਂਸ ਇਟਲੀ ਅਮਰੀਕਾ ਕੈਨੇਡਾ ਜਾਂ ਪੱਛਮ ਵਰਗੇ ਜੀ ਜਿੰਨ ਵਰਗੀਆਂ ਦੇ ਵਿੱਚ ਆਉਂਦੇ ਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਉਹ ਪੱਛਮੀ ਨਹੀਂ ਗੇ ਦੱਖਣੀ ਨੇ ਜੀ ਪਰ ਉਹ ਪੱਛਮ ਵਰਗੇ ਇਹ ਸਾਰੇ ਪਹਿਲਾਂ ਕਿਸੇ ਵਕਤ ਅਤਵਾਦਵਾਲ ਬੜੇ ਨਰਮੀ ਰੱਖਦੇ ਰਹੇ ਤੇ ਹੁਣ ਜਦੋਂ ਘਰ ਤੱਕ ਪਹੁੰਚ ਗਈ ਤੇ ਪਤਾ ਲੱਗੀ ਅੱਗ ਇੰਨੀ ਦੇ ਬਸੰਤਰ ਸਮਝਦੇ ਸੀ ਜੀ ਇਹ ਪਤਾ ਕਦੋਂ ਲੱਗੇ ਜਦੋਂ ਪਹਿਲਾ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਜਹਾਜ਼ ਮਾਰੇ ਗਏ ਅਮਰੀਕਾ ਨੂੰ ਉਦੋਂ ਪਤਾ ਲੱਗਾ ਨੁਕਸਾਨ ਕਿੰਨਾ ਹੋ ਗਿਆ ਜੀ ਔਰ ਅਮਰੀਕਾ ਦੇ ਰਾਸ਼ਟਰਪਤੀ ਦੀ ਹਾਲਤ ਕੀ ਸੀ ਇਦਾਂ ਲੱਗਦਾ ਸੀ ਜਿਵੇਂ ਬਾਜ਼ਾਰ ਵਿੱਚ ਕੋਈ ਠਣਡਰ ਤੁਰਿਆ ਜਾਂਦਾ ਹੋਵੇ ਤੇ ਉਹਨੂੰ ਕੋਈ ਰੇੜੀ ਵਾਲਾ ਦੋਕਸੋਂ ਨ ਮਾਰ ਦੇ ਉਹਦੀ ਬੇਇੱਜ਼ਤੀ ਇੰਨੀ ਹੋ ਜਾਂਦੀ ਹੈ ਕਿ ਤਾਂ ਸਾਰਾ ਸ਼ਹਿਰ ਜਿਹੜਾ ਇਹ ਤੋਂ ਡਰਦਾ ਸੀ ਤੇ ਆ ਰੀੜੀ ਵਾਲੇ ਤੋਂ ਕਟਖਾ ਬਿਠ ਜੀ ਅਮਰੀਕਾ ਵਾਲਿਆਂ ਦੇ ਵਰਲਡ ਟ੍ਰੇਡ ਸੈਂਟਰ ਤੇ ਜਿਹੜਾ ਹਮਲਾ ਸੀ ਉਹਦੇ ਨਾਲ ਅਮਰੀਕਾ ਇੱਕਦਮ ਸ਼ਰਮਿੰਦਗੀ ਦੀ ਹਾਲਤ ਵਿੱਚ ਸੀ ਉੱਥੋਂ ਨੇ ਲੜਾਈ ਲੜਨੀ ਸ਼ੁਰੂ ਕੀਤੀ ਉਹਦੇ ਨਾਲ ਕੁਝ ਦੇਸ਼ ਲੜੇ ਪਰ ਜਿਹੜੇ ਦੇਸ਼ ਦੂਜੇ ਸੀ ਉਹਨਾਂ ਨੇ ਆਪੋ ਆਪਣੇ ਘਰ 'ਚ ਫੇਰ ਵੀ ਸਖਤੀ ਨਹੀਂ ਸੀ ਕੀਤੀ ਜੀ ਜਦੋਂ ਬ੍ਰਿਟਨ 'ਚ ਘਟਨਾ ਵਾਪਰੀਆਂ ਮੈਨਚੈਸਟਰ 'ਚ ਵਾਪਰੀ ਟਾਵਰ ਆਫ ਲੰਡਨ ਦੇ ਲਾਗੇ ਵਾਪਰੀ ਕੁਝ ਹੋਰ ਵਾਪਰੀਆਂ ਫਿਰ ਬ੍ਰਿਟਨ ਦੀ ਸਰਕਾਰ ਨੂੰ ਚਿੰਤਾ ਹੋਈ ਤੇ ਜਦੋਂ ਫਰਾਂਸ ਦੇ ਵਿੱਚ ਦੋ ਤਿੰਨ ਘਟਨਾਵਾਂ ਵਾਪਰੀਆਂ ਉਦੋਂ ਉਹਨਾਂ ਨੂੰ ਚਿੰਤਾ ਆਈ ਹੁਣ ਹੋਇਆ ਕੀ ਹੈ ਕਿ ਭਾਰਤ ਦੇ ਵਿੱਚ ਪਲਵਾਮਾ ਹਮਲੇ ਤੋਂ ਬਾਅਦ ਭਾਰਤ ਬਹੁਤ ਸਖਤ ਸੀ ਪਰਪਰ ਭਾਰਤ ਨੇ ਮਤਾ ਪੇਸ਼ ਨਹੀਂ ਕੀਤਾ ਯੂਨ ਸਿਕਿਉਰਟੀ ਕੌਂਸਲ ਦੇ ਵਿੱਚ ਤਿੰਨ ਦੇਸ਼ਾਂ ਅਮਰੀਕਾ ਬ੍ਰਿਟਾਨੀਆ ਤੇ ਫਰਾਂਸ ਉਹਨਾਂ ਨੇ ਮਤਾ ਪੇਸ਼ ਕੀਤਾ ਜੀ ਮਸੂਦ ਆਜ਼ਰ ਨੂੰ ਗਲੋਬਲ ਟੈਰਰਿਸਟ ਐਲਾਨਣ ਵਾਸਤੇ ਚੀਨ ਦੀ ਆਪਣੀਆਂ ਲੋੜਾਂ ਨੇ ਆਪਣੀਆਂ ਮਜਬੂਰੀਆਂ ਉਹਦਾ ਕਰਕੇ ਪਾਕਿਸਤਾਨ ਦੇ ਦਬਾਅ ਹਟੇ ਲੋਕੀ ਪਾਕਿਸਤਾਨ ਨੂੰ ਚੀਨ ਦੇ ਦਬਾਅ ਹਟ ਸਮਝਦੇ ਆ ਜੀ ਪਰ ਅਸਲ ਚ ਚੀਨ ਪਾਕਿਸਤਾਨ ਦੇ ਦਬਾਅ ਹਟ ਮਜਬੂਰੀਆਂ ਨੇ ਉਹਦਾ ਪੈਸਾ ਲੱਗਾ ਉੱਥੇ ਸਾਰੇ ਪ੍ਰੋਜੈਕਟ ਦੇ ਉੱਤੇ ਡੁੱਬ ਜਾਂਦਾ ਉਹਨਾਂ ਨੇ ਇਸ ਮਜਬੂਰੀ ਚ ਉਹਦਾ ਸਾਥ ਦੇ ਦਿੱਤਾ ਪਾਕਿਸਤਾਨ ਦਾ ਇਹਦੇ ਤੋਂ ਡੋਨਰ Trap ਵੀ ਔਖਾ ਹੋਇਆ ਭਾਰਤ ਵੀ ਨਾ ਆਖਿਆ ਠੀਕ ਆ ਦੇਤਾ ਨਾ ਸਾਥ ਹੁਣ ਅਸੀਂ ਕਿਸੇ ਹੋਰ ਤਰੀਕੇ ਨਾਲ ਸਿੱਝਾਂਗੇ ਜੀ ਅਜੇ ਇਹਨਾਂ ਨੇ ਸਜੰਗ ਆਖਿਆ ਸੀ 24 ਘੰਟਿਆਂ ਦੇ ਅੰਦਰ ਅੰਦਰ ਇੱਕ ਹੋਰ ਟਰੈਸ ਦੀ ਵਾਪਰ ਗਈ ਵੱਡਾ ਦਖਾਂਤ ਵਾਪਰ ਗਿਆ ਨਿਊਜ਼ੀਲੈਂਡ ਤੋਂ ਜੀ ਨਿਊਜ਼ੀਲੈਂਡ ਦੁਨੀਆ ਦੇ ਬਹੁਤ ਸ਼ਾਂਤ ਦੇਸ਼ਾਂ ਵਿੱਚ ਗਿਣਾ ਜਾਂਦਾ ਜਿੱਥੇ ਕਦੇ ਕੋ ਗੜਬੜਤੀ ਨਹੀਂ ਹੁੰਦੀ ਤੇ ਉਹਦੀ ਰਾਜਤਨ ਇੱਕ ਰੈਸਟਿਅਰਤੀ ਦੇ ਵਿੱਚ ਉਸ ਮੌਕੇ ਜਦੋਂ ਬੰਗਲਾਦੇਸ਼ ਦੀ ਕ੍ਰਿਕਟ ਟੀਮ ਉੱਥੇ ਗਈ ਹੈ ਮਸਜਿਦ ਵਿੱਚ ਇੱਕ ਚ ਇੱਕ ਬੰਦਾ ਆਵੜਿਆ ਫਿਰ ਦੂਜੀ ਚ ਜਾਵੜਿਆ ਤੇ ਉਹ ਫਿਰ ਆਟੋਮੈਟਿਕ ਰਾਈਫਲ ਦੇ ਨਾਲ ਤਰ 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 ਕਰਦਾ ਜਾਂਦਾ ਜਿਵੇਂ ਵੀਡੀਓ ਗੇਮ ਵਿੱਚ ਬੱਚੇ ਵੇਖਦੇ ਹੁੰਦੇ ਆ ਕਿ ਕੋਈ ਬੰਦਾ ਕਿਸ ਤਰ੍ਹਾਂ ਟਾ 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 ਕਰਦਾ ਜਾਂਦਾ ਜੀ ਉਹਦੇ ਵਰਗੀ ਵੀਡੀਓ ਗੇਮ ਖੇਡਣ ਵਰਗੀ ਨੇ ਖੇਡ ਖੇਡੀ ਔਰ ਇਹਨਾਂ ਖੂਨ ਵਗਾਤਾ ਇਹਨੇ ਲੋਕ ਮਾਰ ਦਿੱਤੇ ਨਿਊਜ਼ੀਲੈਂਡ ਦੀ ਸਰਕਾਰ ਨੇ ਹੁਣ ਤੱਕ ਕੋਈ ਬਹੁਤੀ ਚੌਕਸੀ ਇਸ ਕਰਕੇ ਨਹੀਂ ਸੀ ਰੱਖੀ ਕਿ ਸਾਡਾ ਸੁਰੱਖਿਅਤ ਇਲਾਕਾ ਇੱਥੇ ਕਦੇ ਕੁਝ ਹੋਣਾ ਨਹੀਂ ਜੀ ਉੰਜ ਨਿਊਜ਼ੀਲੈਂਡ ਤੋਂ ਖਬਰਾਂ ਆਉਂਦੀਆਂ ਸੀ ਕਿ ਅੱਤਵਾਦੀਆਂ ਦੀਆਂ ਪਨਾਹਗਾਹਾਂ ਕੋਠਾਰਾ ਉੱਥੇ ਵੀ ਬਣਦੀਆਂ ਹੋ ਸਕਦੀਆਂ ਹਾਲਾਤ ਵਿਗੜ ਗਏ ਨੇ ਆਸਟ੍ਰੇਲੀਆ ਦੀ ਸਰਕਾਰ ਨੇ ਪਹਿਲਾਂ ਚੁੱਪ ਰੱਖੀ ਸੀ ਪਰ ਇੱਕ ਦੋ ਛੁੱਟੀਆਂ ਮੁੱਟੀਆਂ ਘਟਨਾਵਾਂ ਤੋਂ ਬਾਅਦ ਸਖਤ ਹੋਈ ਸੀ ਹੁਣ ਜਦੋਂ ਡੋਨਲਡ ਟਰੰਪ ਸਖਤ ਹੋਇਆ ਪਿਆ ਇਸ ਹਫਤੇ ਦਾ ਪਿਛਲੇ ਅੱਧੇ ਇੱਕ ਹਫਤੇ ਤੋਂ ਲਗਭਗ ਹਫਤੇ ਤੋਂ ਹੀ ਕਹਿ ਲੋ ਉਹਦੀ ਸਖਤੀ ਦੇ ਪਿੱਛੇ ਕਾਰਨ ਦੋ ਤਿੰਨ ਨੇ ਇੱਕ ਪਾਕਿਸਤਾਨ ਦਾ ਭਾਰਤ ਨਾਲ ਜਿਹੜਾ ਆੜਾ ਲੱਗਾ ਜਿਹੜਾ ਸਿੰਘ ਫਸਿਆ ਉਹ ਦੂਜਾ ਪਾਕਿਸਤਾਨ ਨੇ ਜਿਵੇਂ ਅਮਰੀਕਾ ਨੂੰ ਅੱਖਾਂ ਵਿਖਾ ਕੇ ਇਹਦੇ ਖਿਲਾਫ ਚੀਨ ਦੀ ਮਦਦ ਲਈ ਤੇ ਚੀਨ ਦੀ ਵਧ ਕੀਤੀ ਉਹ ਤੋਂ ਅਮਰੀਕਾ ਔਖਾ ਉਹ ਤਾਂ ਸਮੁੰਦਰਾਂ ਦੇ ਵਿੱਚ ਵੀ ਚੀਨ ਨਾਲ ਰੇੜਕਾ ਪਾਈ ਬੈਠਾ ਤੇ ਜੇ ਪਾਕਿਸਤਾਨ ਉਹਦੇ ਨਾਲ ਖਲੋ ਜਾਵੇ ਤੇ ਉਹਦੇ ਨਾਲ ਖਲੋਣ ਦੇ ਵਿੱਚ ਅਮਰੀਕਾ ਵਾਲਿਆਂ ਨੂੰ ਇਸ ਗੱਲ ਦੀ ਚਿੰਤਾ ਤੇ ਹੈਗੀ ਹੈ ਕਿ ਚੀਨ ਇਕੱਲਾ ਨਹੀਂ ਦੋ ਐਟਮੀ ਤਾਕਤਾਂ ਇਕੱਠੀਆਂ ਹੋ ਜਾਂਦੀਆਂ ਜੀ ਤੀਜਾ ਜਦੋਂ ਨਿਊਜ਼ੀਲੈਂਡ ਦੀ ਘਟਨਾ ਵੀ ਵਾਪਰ ਗਈ ਹੈ ਤੇ ਇਹਦੇ ਬਾਅਦ ਫਿਰ ਡੋਨਲਡ ਟਰੰਪ ਇਕੱਲਾ ਥੋੜਾ ਦੁਨੀਆ ਭਰ ਦੇ ਜਿੰਨੇ ਕ ਦੇਸ਼ ਨੇ ਤਰੱਕੀ ਕਰ ਚੁੱਕੇ ਦੇਸ਼ ਜਿਹੜੇ ਬਾਕੀ ਸਾਰਿਆਂ ਨੂੰ ਬਹੁਤ ਆਪਣੇ ਤੋਂ ਹੀਣੇ ਸਮਝਦੇ ਸੀ ਉਹ ਸਾਰੇ ਦੇਸ਼ਾਂ ਦੇ ਹਾਕਮਾਂ ਨੂੰ ਇੱਕ ਤਰ੍ਹਾਂ ਨਾਲ ਕੰਬਣੀ ਆ ਗਈ ਆ ਵੀ ਸਾਡੇ ਚੋ ਕਿਸੇ ਥਾਂ ਦੇ ਉੱਤੇ ਕਿਸੇ ਵਕਤ ਵੀ ਕੁਝ ਵੀ ਵਾਪਰ ਸਕਦਾ ਤੇ ਜਦੋਂ ਇਸ ਤਰ੍ਹਾਂ ਦੀ ਗੱਲ ਹੋਵੇ ਤੇ ਫਿਰ ਪੰਚਾਇਤ ਸਾਰੀ ਨਹੀਂ ਬੋਲਦੀਦੀ ਪੰਚਾਇਤ ਦਾ ਸਰਪੰਚ ਹੀ ਬੋਲਦਾ ਹੁੰਦਾ ਤੇ ਇਹੀ ਕਾਰਨ ਹੈ ਕਿ ਦੁਨੀਆ ਦੇ ਉਹਨਾਂ ਸਾਰੇ ਦੇਸ਼ਾਂ ਦੇ ਸਪੋਕਸਪਰਸਨ ਦੇ ਤੌਰ ਤੇ ਮੋਰੀ ਦੇਸ਼ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਬੋਲਿਆ ਜੀ ਬਣਾ ਸਾਹਿਬ ਤੁਸੀਂ ਆ ਆਰਥਿਕ ਕਹੋ ਮਜਬੂਰੀਆਂ ਦੀ ਗੱਲ ਕੀਤੀ ਜਿੱਦਾਂ ਚਾਈਨਾ ਦੀ ਪਾਕਿਸਤਾਨ ਦੇ ਨਾਲ ਆ ਇਹ ਆਰਥਿਕ ਮਜਬੂਰੀਆਂ ਜਾਂ ਇਸ ਹੀ ਰੌਲਾ ਰੱਪਾ ਜਿਹੜਾ ਉਹ ਜਿਹੜੋਂ ਆਪਾਂ ਕਹਿੰਦੇ ਆ ਇੰਗਲੈਂਡ ਦੀ ਗੱਲ ਕਰਦੇ ਆ ਜਿਹੜਾ ਯੂਰਪ ਦੇ ਵਿੱਚ ਸ਼ਾਮਲ ਹੋਇਆ ਸੀ ਤੇ ਉੱਥੋਂ ਹੁਣ ਨਿਕਲਣ ਦੀ ਲਈ ਕੋਸ਼ਿਸ਼ ਕਰ ਰਿਹਾ ਹੈ ਬ੍ਰੈਕਜ਼ਿਟ ਦਾ ਚੱਕਰ ਚੱਲਦਾ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਵਾਰ-ਵਾਰ ਉਹ ਮਤੇ ਹਾਰਨ ਤੋਂ ਬਾਅਦ ਵੀ ਜਿਹੜੀ ਪ੍ਰਧਾਨ ਮੰਤਰੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਵੀ ਹਾਂਜੀ ਇਥੋਂ ਨਿਕਲੇ ਜਾਵੇ ਨਿਕਲੇ ਜਾਵੇ ਫਿਰ ਮਤਾ ਲਿਆਉਣ ਦੀ ਗੱਲ ਉਹ ਸਮਝਾਉਂਦੇ ਨਾ ਉਥੋਂ ਨਿਕਲ ਨੂੰ ਇਹ ਸਾਰੇ ਕੁਝ ਨੂੰ ਕਿਵੇਂ ਦੇਖਦੇ ਆ ਇਹ ਪ੍ਰਧਾਨ ਮੰਤਰੀ ਬਹੁਤ ਕਸੂਤੇ ਮੋੜਤੇ ਜਾ ਕੇ ਫਸ ਗਿਆ ਇਹਦੀ ਹਾਲਤ ਉਹ ਜਿਹਨੇ ਨਹਿਰ ਦੇ ਵਿੱਚ ਕੰਬਲ ਰੁਰਦਾ ਜਾਂਦਾ ਵੇਖ ਕੇ ਹੱਥ ਪਾਇਆ ਸੀ ਤੇ ਉਹ ਕੰਬਲ ਨੇ ਰਿਸ਼ ਸੀਗਾ ਉਹਨੇ ਹੱਥ ਫੜ ਲਿਆ ਜੀ ਹੁਣ ਆਪਣੇ ਆਪ ਨੂੰ ਡੁੱਬਣ ਤੋਂ ਬਚਾਉਣ ਵਾਸਤੇ ਰਿਸ਼ ਤੋਂ ਪੰਜਾ ਛਟਾਉਣ ਵਾਸਤੇ ਉਹ ਯਤਨ ਕਰਦੀ ਪਈ ਲੜਾਈ ਤਾਂ ਇਹਦੀ ਨਹੀਂ ਸੀ ਇਹ ਤੋਂ ਪਹਿਲਾ ਪ੍ਰਧਾਨ ਮੰਤਰੀ ਸੀ ਜਿਨੇ ਮੰਨ ਲਿਆ ਕਿ ਅਸੀਂ ਬ੍ਰੈਗਜ਼ਿਟ ਰੈਫਰੈਂਡਮ ਕਰਾਵਾਂਗੇ ਕਿ ਯੂਰਪੀ ਯੂਨੀਅਨ ਚ ਬ੍ਰਿਟਨ ਨੇ ਰਹਿਣਾ ਕਿ ਨਹੀਂ ਰਹਿਣਾ ਜੀ ਇਹ ਰੈਫਰੈਂਡਮ ਕਰਾਉਣਾ ਨਹੀਂ ਚਾਹੀਦਾ ਕਰਵਾਇਆ ਉਹਦੇ ਵਿੱਚੋਂ ਬੜੇ ਥੋੜੇ ਜੇ ਫਰਕ ਦੇ ਨਾਲ ਲੋਕਾਂ ਨੇ ਕਿਹਾ ਇਤਿਹਾਸ ਯੂਰਪੀ ਯੂਨੀਅਨ ਜੋ ਨਿਕਲਣਾ ਉਹ ਪ੍ਰਧਾਨ ਮੰਤਰੀ ਆਬਿਦ ਨਾਲ ਸਹਿਮਤ ਨਹੀਂ ਸੀ ਪਾਰਟੀ ਵਿੱਚੋਂ ਵੀ ਬਹੁਤੇ ਐਮਪੀਓਜ਼ ਨਾਲ ਸੀਗੇ ਖੜੇ ਜਿਹੜੇ ਕਹਿੰਦੇ ਸਹਿਮਤ ਨਹੀਂ ਜੀ ਫਿਰ ਵੀ ਉਹ استਿਫਾ ਦੇਗਾ ਕੰਦਾ ਜੀ ਮੈਂ ਇਸ ਤਰ੍ਹਾਂ ਦੇ ਰੀਫਰੈਂਡਮ ਨੂੰ ਲਾਗੂ ਨਹੀਂ ਕਰ ਸਕਦਾ ਇਹ ਇਹਨੇ ਸੋਚਿਆ ਸ਼੍ਰੀਕਮਰਿਆ ਥਾਂ ਵਿਲਾ ਹੋਇਆ ਉਹ ਪਾਸੇ ਚਲਾ ਗਿਆ ਵੈ ਪ੍ਰਧਾਨ ਮੰਤਰੀ ਬਣੂਗੀ ਬੜੀ ਭੱਜ ਕੇ ਬਣ ਗਈ ਔਰ ਇਹਨੇ ਆਖਿਆ ਕਿ ਜੋ ਲੋਕਾਂ ਦੀ ਰਾਏ ਹੈ ਮੈਂ ਉਹਦਾ ਸਤਿਕਾਰ ਕਰਦੀ ਹਾਂ ਮੈਂ ਲਾਗੂ ਕਰਕੇ ਵਿਖਾਉਂਗੀ ਜੀ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਤਾਂ ਸਾਰੀ ਖਿਲਾਫ ਹੋਣੀ ਹੋਣੀ ਸੀ ਇਹਦੀ ਆਪਣੀ ਪਾਰਟੀ 'ਚੋਂ ਵਿਰੋਧ ਇੱਕ ਵਾਰ ਦੋ ਵਾਰ ਮੁੜ ਮੁੜ ਕੇ ਦਾ ਮਤਾ ਇਹ ਪੇਸ਼ ਕਰਦੀ ਹੈ ਮਤਾ ਟੁੱਟ ਜਾਂਦਾ ਇਹ ਪੇਸ਼ ਕਰਦੀ ਹੈ ਮਤਾ ਹਾਰ ਜਾਂਦਾ ਹਰ ਵਾਰੀ ਮਤਾ ਇਹਦਾ ਡਿੱਗ ਪੈਂਦਾ ਕਦੇ ਵੀ ਇਹਨੂੰ ਬਹੁਸੰਮਤੀ ਵੋਟਾਂ ਨਹੀਂ ਮਿਲੀਆਂ ਜੀ ਹੁਣ ਉਹ ਜਿਹੜੀਆਂ ਬਹੁਸੰਮਤੀ ਵੋਟਾਂ ਮਿਲ ਨਹੀਂ ਰਹੀਆਂ ਇਹਦੀ ਪਾਰਲੀਮੈਂਟ ਪਾਸ ਨਹੀਂ ਕਰ ਰਹੀ ਉਹਦੇ ਚ ਅੜਿੱਕਾ ਇਹ ਹੈ ਕਿ ਬ੍ਰਿਟਨ ਨੇ ਆਪਣੇ ਤੌਰ ਤੇ ਇੱਕ ਕਾਨੂੰਨ ਬਣਾ ਦਿੱਤਾ ਯੂਰਪੀ ਯੂਨੀਅਨ ਚੋਂ ਸੀ ਵੱਖ ਹੋਣਾ ਉਹਦੇ ਨਾਲ ਜਿਹੜੀਆਂ ਯੂਰਪੀ ਯੂਨੀਅਨ ਦੀਆਂ ਸ਼ਰਤਾਂ ਨੇ ਔਰ ਪੁਰਾਣੇ ਸਮਝੌਤੇ ਜਦੋਂ ਯੂਰਪੀ ਯੂਨੀਅਨ ਬਣੀ ਉਹਦੋਂ ਲਾਇਆ ਗਏ ਨੇ ਉਹ ਸ਼ਰਤਾਂ ਖੜਾ ਨਹੀਂ ਛੱਡਦੀਆਂ ਉਹਨਾਂ ਵਿੱਚ ਇਹ ਹੈ ਕਿ ਇਹ ਯੂਰਪੀ ਯੂਨੀਅਨ ਸ਼ਰਟ ਵੀ ਦੇਣ ਤੇ ਤਾਵੇਂ ਇੱਕ ਮਿਥੀ ਮਿਆਦ ਤੱਕ ਇਨਾਂ ਦੇ ਉੱਤੇ ਉਹ ਸਾਰੇ ਫੈਸਲੇ ਯੂਰਪੀ ਯੂਨੀਅਨ ਦੇ ਲਾਗੂ ਹੋਣਗੇ ਜਿਹੜੇ ਬਾਕੀ ਮੈਂਬਰ ਦੇਸ਼ਾਂ ਦੇ ਉੱਤੇ ਲਾਗੂ ਹੁੰਦੇ ਆ ਜੀ ਤੇ ਨਮੋਸ਼ੀ ਵਾਲੀ ਗੱਲ ਏ ਕਿ ਫੈਸਲੇ ਕਰਨ ਵਾਸਤੇ ਯੂਰਪੀ ਯੂਨੀਅਨ ਦੇ ਦੇਸ਼ ਜਦੋਂ ਬੈਠਣਗੇ ਉਦੋਂ ਬ੍ਰਿਟਨ ਦਾ ਨਮੈਦਾ ਬਾਹਰ ਬੈਠਾ ਢੀਕਾ ਕਰੂਗਾ ਕਿ ਫੈਸਲਾ ਕੀ ਉਹਨੂੰ ਵਿੱਚ ਜਾਣ ਦਾ ਹੱਕ ਨਹੀਂ ਪਰ ਫੈਸਲੇ ਸਾਰੇ ਉਹਦੇ ਉੱਤੇ ਲਾਗੂ ਕੀਤੇ ਜਾਣਗੇ ਜੀ ਹੁਣ ਇਸ ਤੋਂ ਬਾਅਦ ਬ੍ਰਿਟਨ ਦੇ ਲੋਕ ਕਹਿੰਦੇ ਆ ਜੀ ਸਾਨੂੰ ਤਾਂ ਇਥੋਂ ਦੀ ਸਰਕਾਰ ਨੇ ਫਿਰ ਬੁਰੇ ਬਣਾਤਾ ਅਸੀਂ ਤੇ ਉਹਨਾਂ ਦੇ ਦਰਵਾਜ਼ੇ ਅੱਗੇ ਬੈਠੇ ਚੋਕ ਜਿਹੜਾ ਗੇਟਮੈਨ ਹੈ ਉਹੋ ਬੜ ਕੇ ਰਹਿਗੇ ਕਿ ਫੈਸਲਾ ਉਹ ਕਰਨਗੇ ਸਾਨੂੰ ਆ ਕੇ ਦੱਸਣਗੇ ਆ ਕੀਤਾ ਤੇ ਜਾਓ ਲਾਗੂ ਕਰੋ ਜੀ ਇੱਕ ਲੰਘੇ ਦਾ ਸਵਾਲ ਵੀ ਬਣ ਗਿਆ ਕਿ ਆਇਰਲੈਂਡ ਵਾਲੇ ਪਾਸੇ ਤੋਂ ਉਹ ਲੰਘਾ ਦੇਣਾ ਉਹ ਦੇਣਾ ਕਿ ਨਹੀਂ ਦੇਣਾ ਇਹਨਾਂ ਗੱਲਾਂ ਦੇ ਉੱਤੇ ਉਸ ਦੇਸ਼ ਵਿੱਚ ਮਤਭੇਦ ਬਹੁਤ ਹੈ ਬ੍ਰਿਟਨ ਜਿਹੜਾ ਉਹ ਪੁਰਾਣਾ ਬ੍ਰਿਟਨ ਤੇ ਹੈ ਨਹੀਂ ਕਿ ਆ ਕੇ ਗੋਰਿਆਂ ਦਾ ਹੋਵੇ ਉੱਥੇ 10 ਸਾਲ ਪਹਿਲਾਂ ਉਹਨਾਂ ਦੇ ਇੱਕ ਕੇਂਦਰੀ ਮੰਤਰੀ ਨੇ ਪਾਰਲੀਮੈਂਟ 'ਚ ਆਖਿਆ ਸੀ ਨਾਓ ਵੀ ਬ੍ਰਿਟਨ ਪੀਪਲ ਵੀ ਆਰ ਨਾਟ ਅ ਕਮਿਊਨਿਟੀ ਰੈਦਰ ਵੀ ਪੀਪਲ ਆਰ ਕਮਿਊਨਿਟੀ ਆਫ ਕਮਿਊਨਿਟੀਆਂ ਅਸੀਂ ਹੁਣ ਇੱਕ ਕਮਿਊਨਿਟੀ ਨਹੀਂ ਅਸੀਂ ਕਮਿਊਨਟੀਆਂ ਦੀ ਕਮਿਊਨਿਟੀ ਬਣ ਗਏ ਜੀ ਕਿਉਂਕਿ ਹੁਣ ਬ੍ਰਿਟਨ ਜਿਹੜਾ ਕਮਿਊਨਟੀਆਂ ਦੀ ਕਮਿਊਨਿਟੀ ਬਣ ਗਿਆ ਇੱਥੇ ਰੋਮਨ ਆਏ ਸੈਕਸਨ ਆਏ ਐਂਜਲਜ਼ ਆਏ ਬਾਅਦ ਵਿੱਚ ਪ੍ਰਵਾਸ ਹੁੰਦਾ ਰਿਹਾ ਭਾਰਤੀ ਆਏ ਪਾਕਿਸਤਾਨੀ ਆਏ ਅਫਗਾਨੀ ਆਏ ਸੋਮਾਲੀਅਨ ਆਏ ਬੰਗਲਾਦੇਸ਼ੀ ਆਏ ਇਹ ਸਾਰੀਆਂ ਕਮਿਊਨਟੀਆਂ ਉੱਥੇ ਆ ਬਖੋਖਰੇ ਆ ਸਾਡੇ ਸਿੱਖ ਵੀ ਗਏ ਨੇ ਜੀ ਗੁਰਦੁਆਰਾ ਸਿੰਘ ਸਭਾ ਵੱਖਰਾ ਅਫਗਾਨੀ ਸਿੱਖਾਂ ਦਾ ਗੁਰਦੁਆਰਾ ਵੱਖਰਾ ਮੰਦਰ ਵੀ ਵੱਖੋ ਵੱਖਰੇ ਬਣੇ ਨੇ ਇਸੇ ਤਰ੍ਹਾਂ ਮੁਸਲਮਾਨਾਂ ਦੀਆਂ ਮਸਜਿਦਾਂ ਨੇ ਭਾਰਤੀ ਮੁਸਲਮਾਨਾਂ ਨੇ ਵੱਖਰੀ ਮਸਜਿਦ ਬਣਾਈ ਹੈ ਪਾਕਿਸਤਾਨੀ ਨੇ ਵੱਖਰੀ ਬਣਾਈ ਹੈ ਅਫਗਾਨਾਂ ਨੇ ਵੱਖਰੀ ਬਣਾ ਲਈ ਜੀ ਕਿੰਨੀ ਕਿਸਮ ਦੀਆਂ ਕਮਿਊਨਿਟੀਆਂ ਔਰ ਜਿਹੜੀਆਂ ਕਮਿਊਨਿਟੀਆਂ ਬਣੀਆਂ ਨੇ ਜਿਨ੍ਹਾਂ ਚ ਪ੍ਰਵਾਸੀ ਲੋਕ ਉੱਥੇ ਗਏ ਨੇ ਉਹਨਾਂ ਚੋਂ ਪ੍ਰਵਾਸੀ ਲੋਕ ਬਹੁਤੇ ਇਹ ਸਮਝਦੇ ਆ ਕਿ ਬ੍ਰਿਟਨ ਨੂੰ ਜੇ ਯੂਰਪੀ ਯੂਨੀਅਨ ਤੋਂ ਅੱਜ ਕੱਢ ਲਿਆ ਗਿਆ ਤੇ ਬ੍ਰਿਟਨ ਦੇ ਵਿੱਚ ਪੁਰਾਣਾ ਨਸਲਵਾਦ ਵੀ ਉਬੜਾ ਖਾ ਸਕਦਾ ਜੇ ਉਸ ਨਸਲਵਾਦ ਨੇ ਫਿਰ ਸੁਰ ਚੁੱਕਿਆ ਉਹ ਸਿਰ ਚੁੱਕਣ ਦੇ ਨਾਲ ਘਾਟੇ 'ਚ ਅਸੀਂ ਜਾਵਾਂਗੇ ਅਸੀਂ ਮਾਰ ਖਾਵਾਂਗੇ ਇਸ ਕਰਕੇ ਯੂਰਪੀ ਯੂਨੀਅਨ 'ਚ ਰਹਿਣਾ ਚਾਹੀਦਾ ਜੀ ਇਹ ਬੀਬੀ ਉਦੋਂ ਇੱਕ ਵਾਰੀ ਬਾਹਰ ਚੁੱਕ ਕੇ ਜਕੜਾ ਲਾ ਬੈਠੀ ਐ ਇਹ ਉਦੋਂ ਨਾਰਾ ਲਾਤਾ ਨੇ ਕਿ ਅਸੀਂ ਯੂਰਪੀ ਯੂਨੀਅਨ ਛੱਡਾਂਗੇ ਆ 29 ਮਾਰਚ ਨੂੰ ਜਾ ਕੇ ਤਾਂ ਛੱਡਣਾ ਤੇ ਹੁਣ ਦਿਨ ਕਿਹੜੇ ਰਹਿ ਗਏ ਨੇ ਦੋ ਹਫ਼ਤੇ ਵੀ ਨਹੀਂ ਜੀ ਤੇ ਜਦੋਂ ਇਹ ਛੱਡਣ ਦਾ ਮੌਕਾ ਆਇਆ ਤੇ ਇਹਦੇ ਆਪਣੇ ਦੇਸ਼ ਵਿੱਚ ਸਹਿਮਤੀ ਨਹੀਂ ਹੁੰਦੀ ਪਈ ਕਰੇਗੀ ਕੀ ਸੱਪ ਦੇ ਮੂੰਹ 'ਚ ਕੋੜ ਕਿਰਲੀ ਐ ਜੇ ਖਾਂਦਾ ਤੇ ਕੋੜਾ ਜੇ ਛੱਡੇਗਾ ਕਲੰਕੀ। ਹਾਲਾਲ ਹੁਣ ਸਮਾਪਤ ਹੋ ਗਿਆ ਪਰ ਉਸ ਸਾਥ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਅਰਜ਼ ਕਰਦੇ ਹਾਂ ਕਿ ਪ੍ਰਾਈਮ ਏਸ਼ੀਆ ਦੇ ਨਾਲ ਇਸ ਤਰ੍ਹਾਂ ਤੁਸੀਂ ਆਪਣਾ ਪਿਆਰ ਬਣਾਈ ਰੱਖੋਗੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ।